लेकिन सर हम जो फांसी अमित शाह जी प्लीज मेरा उत्तर क्वेश्चन नंबर टू, आपने पंजाब वालों को क्यों बलवंत सिंह राजवाने को फांसी माफ की है? अब प्लीज मीडिया रिपोर्ट पर न जाइए, कोई माफी की नहीं गई। कांस्टेबल प्लीज कांस्टेबल, एनएसजी वाले, सीआरपी वाले, पंजाब पुलिस वाले, एमएलए, डॉक्टर ਕਿਹੜਾ ਬੰਦਾ ਹੈ ਜਿਨ੍ਹਾਂ ਦੇ ਇਹ ਖੂਨ ਦੇ ਨੇ ਜਾਂ ਸਰੀਰ ਦੇ ਚੀਥੜੇ ਨਹੀਂ ਅੜਾਏ ਬੰਬ ਨਾਲ? ਸੋ 550 ਸਾਲ ਦੇ ਉੱਤੇ ਮਾਫ਼ੀ ਦੀ ਗੱਲ ਹੋ ਗਈ ਸੀ, ਸਾਰੇ ਮੀਡੀਆ ਦੇ ਵਿੱਚ ਵੀ ਆ ਗਿਆ, ਤੁਸੀਂ ਸਾਰਿਆਂ ਨੇ ਦੇਖਿਆ। ਲੇਕਿਨ ਬੜੇ ਅਫਸੋਸ ਦੀ ਗੱਲ ਹੈ ਕਿ ਬਾਅਦ 'ਚ ਭਾਰਤ ਸਰਕਾਰ ਵੱਲੋਂ ਉਹਨਾਂ ਜੂ ਤਰਨ ਲਿਆ ਗਿਆ, ਅਮਿਤ ਸ਼ਾਹ ਵੱਲੋਂ ਜਿਹੜੀ ਮਾਫ਼ੀ ਦੀ ਗੱਲ ਜਿਹੜੀ ਸੀ ਔਰ ਉਹਨੂੰ ਇਨਕਾਰ ਕਰਤਾ ਨਹੀਂ, ਮਾਫ਼ੀ ਨਹੀਂ ਕੀਤੀ ਔਰ ਉਹ ਸਾਰੀ ਗੋਲਮੋਲ ਗੱਲ ਕਰ ਦਿੱਤੀ। ਅੱਜ ਜਿਹੜੇ ਤੜਫ ਰਹੇ ਆ, ਅੱਜ ਉਹਨਾਂ ਦੀਆਂ ਵਿਧਵਾਵਾਂ ਤੜਫ ਰਹੀਆਂ, ਉਹਨਾਂ ਦੇ ਮਾਂ ਬਾਪ ਅੱਜ ਜਿਹੜੇ ਰੋ ਰਹੇ ਆ, ਆਪਣੇ ਜਵਾਨ ਪੁੱਤ ਸੀ ਉਹਨਾਂ ਦਾ ਹਿਸਾਬ ਕੌਣ ਕਰੂ? ਲੌਂਗੋਵਾਲ ਸਾਹਿਬ ਕਰਨਗੇ, ਐਸਜੀਪੀਸੀ ਕਰੂਗੀ? ਇਹ ਇੱਕ ਅੱਤਵਾਦੀ ਦੀ, ਜੇ ਇਹੋ ਜਿਹਾ ਬੰਦਾ ਬਾਹਰ ਆ ਗਿਆ ਕੱਲ੍ਹ ਨੂੰ ਕੋਈ ਤੁਹਾਡਾ ਰਿਸ਼ਤੇਦਾਰ ਵੀ ਟਾਰਗੇਟ ਹੋ ਸਕਦਾ, ਤੁਹਾਡਾ ਚਾਹੁਣ ਵਾਲਾ ਵੀ ਕੋਈ ਟਾਰਗੇਟ ਹੋ ਸਕਦਾ ਵੀ ਕਿਹੜੀ ਗਲੀ 'ਚ ਬੰਬ ਚਲਾ ਦੇਣ, ਕਿਹੜੇ ਮਾਲ 'ਚ ਬੰਬ ਚਲਾ ਦੇਣ, ਕਿਹੜੇ ਹਸਪਤਾਲ 'ਚ ਬੰਬ ਚਲਾ ਦੇਣ, ਕਿਹੜੀ ਮਾਰਕੀਟ 'ਚ ਇਹ ਬੰਬ ਚਲਾ ਦੇਣ। ਫਿਰ ਕਿਹਦੀ ਜ਼ਿੰਮੇਵਾਰੀ ਹੋਊਗੀ? ਤੁਹਾਡੀ ਜ਼ਿੰਮੇਵਾਰੀ ਹੋਊਗੀ ਵੀ ਇੱਕ ਕਾਤਲ ਨੂੰ ਬਚਾਉਣ ਚੱਲੇ ਹੋ? ਉਹਨਾਂ ਨੇ ਇੱਕ ਸ਼ਬਦ 'ਚ ਇਹ ਕਿਹਾ ਵੀ ਇਹਨੂੰ ਨਾ ਅਸੀਂ ਮਾਫ਼ ਕਰਾਂਗੇ ਨਾ ਕੀਤਾ ਕਦੇ, ਅਤੇ ਤੁਹਾਨੂੰ ਜਵਾਬ ਹਜੇ ਮਿਲਿਆ ਨਹੀਂ ਗਾ? ਐਸਜੀਪੀਸੀ ਵੱਲੋਂ ਲੁਧਿਆਣਾ ਵਿੱਚ ਰਾਜੋਆਣਾ ਦੀ ਭੈਣ ਨਾਲ ਮੁਲਾਕਾਤ ਕਰਨ ਤੋਂ ਬਾਅਦ ਤੇ ਰਾਜੋਆਣਾ ਨੂੰ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਮੁਹੱਈਆ ਕਰਵਾਉਣ ਦੇ ਐਲਾਨ ਤੋਂ ਬਾਅਦ ਸਾਂਸਦ ਰਵਨੀਤ ਸਿੰਘ ਬਿੱਟੂ ਦਾ ਗੁੱਸਾ 7ਵੇਂ ਆਸਮਾਨ ਤੇ ਪਹੁੰਚ ਗਿਆ। ਜੀ ਹਾਂ, ਬਿੱਟੂ ਦਾ ਕਹਿਣਾ ਹੈ ਕਿ ਉਹਨਾਂ ਨੇ ਪਹਿਲਾਂ ਹੀ ਇਹ ਕਹਿ ਦਿੱਤਾ ਸੀ ਕਿ ਜੇਕਰ ਐਸਜੀਪੀਸੀ ਅਤੇ ਅਕਾਲੀ ਦਲ ਰਾਜੋਆਣਾ ਨੂੰ ਵਕੀਲ ਮੁਹੱਈਆ ਕਰਵਾਵੇਗੀ ਤਾਂ ਇਹ ਸਾਫ਼ ਹੋ ਜਾਵੇਗਾ ਕਿ ਪੰਜਾਬ ਦੇ ਵਿੱਚ ਜੋ ਕਾਲਾ ਦੌਰ ਰਿਹਾ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਸਣੇ ਜਿੰਨੇ ਵੀ ਲੋਕਾਂ ਨੇ ਆਪਣੀ ਜਾਨਾਂ ਗਵਾਈਆਂ ਨੇ ਉਸ ਲਈ ਉਹੀ ਜ਼ਿੰਮੇਵਾਰ ਨੇ। ਦੇਖੋ, ਗੱਲ ਇੰਨੀ ਆ, ਮੈਂ ਤਾਂ ਤੁਹਾਡੇ ਮੂਹਰੇ ਪਹਿਲਾਂ ਹੀ ਕਹਿਤਾ ਸੀ ਵੀ ਜਿਹੜਾ ਵੀ ਇੱਕ ਐਡੇ ਵੱਡੇ ਕਾਤਲ, ਜਿਹੜਾ ਸਭ ਤੋਂ ਵੱਡਾ ਟੈਰਰਿਸਟ ਆ ਹਿੰਦੁਸਤਾਨ ਦਾ, ਜਿਹਨੂੰ ਕੋਰਟ ਨੇ ਲੋਅਰ ਕੋਰਟ ਤੋਂ ਲੈ ਕੇ ਹਾਈ ਕੋਰਟ ਤੋਂ ਲੈ ਕੇ ਸੁਪਰੀਮ ਕੋਰਟ ਤੱਕ ਜਿਹਨੂੰ ਫਾਂਸੀ ਦਿੱਤੀ ਹੋਈ ਆ, ਜਿਹਨੇ ਇਹ ਕਿਹਾ ਵੀ ਮੈਂ ਆਪਣੀ ਮਰਸੀ ਪਟੀਸ਼ਨ ਵੀ ਦਾਇਰ ਨਹੀਂ ਕਰੂੰਗਾ ਰਾਸ਼ਟਰਪਤੀ ਦੇ ਕੋਲ, ਕਿਉਂਕਿ ਨਾ ਮੈਂ ਦੇਸ਼ ਨੂੰ ਮੰਨਦਾ ਨਾ ਦੇਸ਼ ਦੇ ਕਾਨੂੰਨ ਨੂੰ ਮੰਨਦਾ, ਅਤੇ ਮੈਂ ਨਾ ਅੱਜ ਤੱਕ ਵਕੀਲ ਕੀਤਾ ਉਹਨੇ ਉਸ ਬੰਦੇ ਦੀ, ਜਿਨ੍ਹਾਂ ਦੇ 17 ਬੰਦਿਆਂ ਦੇ 17 ਤਾਂ ਇਹ ਕੇਸ ਇੱਕ ਆ ਨਾ, ਜਿਹੜੇ ਕਾਂਸਟੇਬਲ ਪੁਲਿਸ ਕਾਂਸਟੇਬਲ, ਐਨਐਸਜੀ ਵਾਲੇ, ਸੀਆਰਪੀ ਵਾਲੇ, ਪੰਜਾਬ ਪੁਲਿਸ ਵਾਲੇ, ਐਮਐਲਏ, ਡਾਕਟਰ, ਕਿਹੜਾ ਬੰਦਾ ਹੈ ਜਿਨ੍ਹਾਂ ਦੇ ਇਹ ਖੂਨ ਦੇ ਨੇ ਜਾਂ ਸਰੀਰ ਦੇ ਚੀਥੜੇ ਨਹੀਂ ਅੜਾਏ ਬੰਬ ਨਾਲ, ਅਤੇ ਉਹਨਾਂ ਦੇ ਬੱਚੇ ਅੱਜ ਜਿਹੜੇ ਤੜਫ ਰਹੇ ਆ, ਅੱਜ ਉਹਨਾਂ ਦੀਆਂ ਵਿਧਵਾਵਾਂ ਤੜਫ ਰਹੀਆਂ, ਉਹਨਾਂ ਦੇ ਮਾਂ ਬਾਪ ਅੱਜ ਜਿਹੜੇ ਰੋ ਰਹੇ ਆ, ਆਪਣੇ ਜਵਾਨ ਪੁੱਤ ਸੀ ਉਹਨਾਂ ਦਾ ਹਿਸਾਬ ਕੌਣ ਕਰੂ? ਲੌਂਗੋਵਾਲ ਸਾਹਿਬ ਕਰਨਗੇ, ਐਸਜੀਪੀਸੀ ਕਰੂਗੀ? ਇਹ ਇੱਕ ਅੱਤਵਾਦੀ ਦੀ, ਜਿਹੜਾ ਪਤਾ ਨਹੀਂ ਇਹ ਇਹ ਮੈਂ ਲੌਂਗੋਵਾਲ ਸਾਹਿਬ ਨੂੰ ਕਹਿਣਾ ਚਾਹੁੰਦਾ ਵੀ ਲੌਂਗੋਵਾਲ ਸਾਹਿਬ, ਜੇ ਤੁਹਾਡੇ ਖੁਦਾ ਨਾ ਖਾਦਸਾ ਕਦੇ ਜੇ ਇਹੋ ਜਿਹਾ ਬੰਦਾ ਬਾਹਰ ਆ ਗਿਆ ਕੱਲ੍ਹ ਨੂੰ ਕੋਈ ਤੁਹਾਡਾ ਰਿਸ਼ਤੇਦਾਰ ਵੀ ਟਾਰਗੇਟ ਹੋ ਸਕਦਾ, ਤੁਹਾਡਾ ਚਾਹੁਣ ਵਾਲਾ ਵੀ ਕੋਈ ਟਾਰਗੇਟ ਹੋ ਸਕਦਾ ਵੀ ਕਿਹੜੀ ਗਲੀ 'ਚ ਬੰਬ ਚਲਾ ਦੇਣ, ਕਿਹੜੇ ਮਾਲ 'ਚ ਬੰਬ ਚਲਾ ਦੇਣ, ਕਿਹੜੇ ਹਸਪਤਾਲ 'ਚ ਬੰਬ ਚਲਾ ਦੇਣ, ਕਿਹੜੀ ਮਾਰਕੀਟ 'ਚ ਇਹ ਬੰਬ ਚਲਾ ਦੇਣ। ਫਿਰ ਕਿਹਦੀ ਜ਼ਿੰਮੇਵਾਰੀ ਹੋਊਗੀ? ਤੁਹਾਡੀ ਜ਼ਿੰਮੇਵਾਰੀ ਹੋਊਗੀ ਵੀ ਇੱਕ ਕਾਤਲ ਨੂੰ ਬਚਾਉਣ ਚੱਲੇ ਹੋ? ਅਤੇ ਤੁਹਾਡੀ ਭਾਈਵਾਲ ਸਰਕਾਰ ਆ, ਇੱਕ ਮੈਂ ਲਫ਼ਜ਼ ਨਹੀਂ ਕੱਢਿਆ ਸੀ ਪਾਰਲੀਮੈਂਟ 'ਚੋਂ ਜਦੋਂ ਮੈਂ ਖੜ੍ਹਾ ਹੋਇਆ, ਅਤੇ ਅਮਿਤ ਸ਼ਾਹ ਹੋਮ ਮਿਨਿਸਟਰ ਨੇ ਜਿਹੜੇ ਅਤੇ ਬੀਜੇਪੀ ਦੇ ਪ੍ਰਧਾਨ ਨੇ, ਉਹਨਾਂ ਨੇ ਇੱਕ ਸ਼ਬਦ 'ਚ ਇਹ ਕਿਹਾ ਵੀ ਇਹਨੂੰ ਨਾ ਅਸੀਂ ਮਾਫ਼ ਕਰਾਂਗੇ ਨਾ ਕੀਤਾ ਕਦੇ, ਅਤੇ ਤੁਹਾਨੂੰ ਜਵਾਬ ਹਜੇ ਮਿਲਿਆ ਨਹੀਂ ਗਾ? ਅਤੇ ਮੈਂ ਪਹਿਲਾਂ ਕਿਹਾ ਸੀ ਵੀ ਜਿਹੜਾ ਵਕੀਲ ਉਹ ਆਪ ਕਰਦੇ ਆ, ਕਰਨ ਰਾਜੋਆਣਾ ਦੀ ਸਤਿਕਾਰਯੋਗ ਭੈਣ ਉਹ ਕਰੇ, ਵਕੀਲ ਕਰਨ, ਕੋਈ ਕਰਨ, 2020 ਵਾਲੇ ਕਰਨ, ਬਾਹਰਲੇ ਪੈਸੇ ਦੇ ਕੇ ਭੇਜ ਕੇ ਕਰਨ, ਪਰ ਇਹ ਭੁੱਖ ਹੜਤਾਲ ਮੈਂ ਤੁਹਾਨੂੰ ਕਿਹਾ ਸੀ ਪਹਿਲਾਂ ਹੀ ਵੀ ਪੈਸੇ ਬੈਂਕ 'ਚ ਮੁੱਕ ਗਏ ਬੀਬੀ ਦੇ, ਜਿਹੜੇ ਆਦਤ ਪੈ ਗਈ ਬਾਹਰੋਂ ਪੌਂਡ ਡਾਲਰ ਆਉਣ ਦੀ, ਇਹ ਚੈੱਕ ਰਿਨਿਊ ਕਰਨ ਦੀ, ਇਹ ਸਿਰਫ ਭੁੱਖ ਹੜਤਾਲ ਕੀਤੀ ਜਾ ਰਹੀ ਆ। ਇਹੋ ਜਿਹੇ ਭੁੱਖ ਹੜਤਾਲ ਜੇ ਕਰਨ ਲੱਗੇ ਤਾਂ ਸਰਕਾਰਾਂ ਨੂੰ ਫਰਕ ਪੈਣ ਲੱਗ ਗਿਆ, ਕਾਨੂੰਨ ਨੂੰ ਫਰਕ ਪੈਣ ਲੱਗੇ, ਕਾਨੂੰਨ ਦੇ ਪੱਟੀ ਬੰਨੀ ਆ ਤਾਂ ਹੀ ਕਾਲੀ। ਇਹੋ ਜਿਹੇ ਬੰਦਿਆਂ ਦੀ ਕੋਈ ਕਾਨੂੰਨ ਪਰਵਾਹ ਨਹੀਂ ਕਰਦਾ, ਨਾ ਦੇਸ਼ ਕਰਦਾ। ਪਰ ਇਹ ਗੱਲ ਸਾਬਤ ਹੋ ਗਈ ਐਸਜੀਪੀਸੀ ਅਤੇ ਅਕਾਲੀ ਦਲ, ਇਹਦਾ ਮਤਲਬ ਅੱਤਵਾਦੀਆਂ ਦੇ ਨਾਲ ਆ। 35,000 ਲੋਕਾਂ ਦਾ ਜਿਹੜਾ ਖੂਨ ਡੁੱਲਿਆ ਪੰਜਾਬ 'ਚ, ਉਹਦੀ ਜ਼ਿੰਮੇਵਾਰੀ ਇਹਨਾਂ 'ਤੇ ਜਾਂਦੀ ਆ, ਕਿਉਂਕਿ ਅੱਜ ਇਹਨਾਂ ਨੇ ਸਾਬਤ ਕਰਤਾ, ਜਿਹੜਾ ਖਾਲਿਸਤਾਨ ਦੇ ਨਾਅਰੇ ਲਾਉਂਦਾ, ਖਾਲਿਸਤਾਨ ਬਣਾਉਣ ਦੀ ਗੱਲ ਕਰਦਾ, ਜਿਹੜਾ ਸੰਵਿਧਾਨ ਕਾਨੂੰਨ ਨੂੰ ਨਹੀਂ ਮੰਨਦਾ, ਉਹਦੀ ਪਿੱਠ 'ਤੇ ਅੱਜ
एस जी पी सी ते अकाली दल खड़ गया, ये जवाब उन्होंने जरूर देना पऊ। सरदार बेअंत सिंह जी बारे वो कोई गल करन मैं करदा ही नहीं, वो मुख्यमंत्री पंजाब दे लोकां ने बनाए सी ते लोकां नाल उन्हां दा वादा सी अमन शांति दा, वो अमन शांति दे के आप कुरबानी दे गए। पर मैं 17 बंदियां दा जिहड़ा कतल होया नाल जां होर ये जिहड़े 5-7 जिन्ने भी अतवादी सी जिन्ने भी इन्हां ने ब्लास्ट किए सी लुधियाणे च किए सी होर जगह किए सी, उन्हां दी जिम्मेवारी कौन लऊ? लंगोवाल साहब उन्हां दे बच्चों की जिम्मेवारी कौन लऊगा जिहड़े वो मारे गए देश लई शहीद हो गए? असी देश का तिरंगा इस तरीके ना फड़ के उच्चा रखांगे, देश की ये जिहड़ी साडी धरती माँ है उहनू हमेशा उहदे लई कुछ भी करना पवे। तुहानू जिहड़े तुसीं तिरंगे नू रोलना चाहुंदे हो तुसीं टुकड़े टुकड़े गैंग आ जिहड़ा वह असली इहने देश नू तोड़ना चाहुंदे आ जिहड़े अज साबित हो गए अकाली दल वाले ते एस जी पी सी वाले, उहदा जवाब दिंदे रहांगे। जिन्ना मर्जी होम मिनिस्टर को जाओ जिन्ना मर्जी राष्ट्रपति को जाओ कंध बन के खड़े हैं थोड़े विच ये अतवादियों के विच, कदे भी इस पंजाब नू पंजाब दे लोकां नू दोबारा उस भट्ठी च नहीं चोकण देवांगे जिन्ना मर्जी जोर ला लो। उधर दूजे पासे इस मामले विच आम आदमी पार्टी दे समर्थन दिते जाण दे सवाल ते रवनीत सिंह बिट्टू ने आम आदमी पार्टी नू घेरदिआं कई सवाल खड़े कर दिते। आम आदमी पार्टी केड़ी पार्टी है? कौन आ उहना आम आदमी पार्टी दा लीडर तां दसो कौन आ? केजरीवाल दिल्ली च समर्थन कर रहे जी, वह कहते कि असं समर्थन कर रहे जी। उन्हां दी सोच है फिर, इहदा मतलब केजरीवाल जिहड़े तां ही पिछली बार जिहड़ियां वोटां सी सरकार दे नेड़े तेड़े आ गए सी, जे उह मोगे अतवादी दे घरे ठहरे सब तो वड्डा जदों अखबार च लगी खबर भी आ सब तो वड्डा टैररिस्ट आ उहदे घरे अमित शाह अपने केजरीवाल ने रात कट्टी आ, उदों बाद सारा पलटा ही जिहड़ा है उह पंजाब च पलट गया ते केजरीवाल साहब जिहड़े 100 सीटां दे बोर्ड लाउंदे सी उह कित्थे गए फिर? इस करके पंजाब ने संताप भोगिया है, पंजाब नू पता है भी किहड़ा चंगा है ते किहड़ा माड़ा है, इहनां नू की पता? मोगे जदों अग लाउण दी कोशिश लोकां नू भणक पै गई भी ये केजरीवाल भी ये वो अतवादियों के फंडां ते NRI जिहड़े जिहड़े गर्म ख्याली उहनां दे पैसियां ते इलैक्शन लड़ रहे ते उहनां दे घरे रह रहे आ, उदों ही पंजाब दे लोकां ने रातों रात ये फैसला कर लिया भी ये सरकार आ जिहड़ी कांग्रेस की बनेगी जिहड़े ਪੰਜਾਬ ਨੂੰ ਤੇ ਦੇਸ਼ ਨੂੰ ਬਚਾਉਣ ਵਾਲੀ। ਲੋਂਗੋਵਾਲ ਨੇ ਵੀ ਕਿਹਾ 11 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਜਿਹੜੇ ਅਮਿਤ ਸ਼ਾਹ ਨੂੰ ਮਿਲਾਂਗੇ, ਗ੍ਰਹਿ ਮੰਤਰਾਲੇ ਮਿਲਾਂਗੇ ਕਿ ਤੁਸੀਂ ਮਿਲੋਗੇ ਇਸ ਮਾਮਲੇ 'ਚ ਕਿ ਇਹ ਸਜ਼ਾ ਮਾਫ ਨਾ ਕੀਤੀ ਜਾਵੇ? ਨਹੀਂ, ਅਮਿਤ ਸ਼ਾਹ ਜੀ ਨੇ ਤਾਂ ਔਨ ਦੀ ਫਲੋਰ ਆਫ ਹਾਊਸ ਪਾਰਲੀਮੈਂਟ ਦੇਸ਼ ਦੇ ਸਾਰੀ ਦੁਨੀਆ ਨੂੰ ਜਵਾਬ ਪਾਰਲੀਮੈਂਟ ਦਿੱਤਾ ਇਹ ਮਿਲੀ ਜਾਣ। ਦੇਖੋ ਇੱਕ ਗੱਲ ਨੂੰ ਸਮਝੋ, ਜਿਹੜਾ ਕਾਨੂੰਨ ਆ ਅੱਜ ਫਿਰ ਇਹਦਾ ਮੌਤ ਦਾ ਡਰ ਆ ਗਿਆ ਨਾ, ਜਿਹੜਾ ਬੰਦਾ ਕਹਿੰਦਾ ਸੀ ਮੈਂ ਤਾਂ ਦੇਸ਼ ਦੇ ਕਾਨੂੰਨ ਨੂੰ ਨਹੀਂ ਮੰਨਦਾ ਸੰਵਿਧਾਨ ਨੂੰ ਨਹੀਂ ਮੰਨਦਾ, ਹੁਣ ਉਦੋਂ ਜਦੋਂ ਦਿਖਣ ਲੱਗ ਗਿਆ ਵੀ ਮੌਤ ਆ ਜਾਣੀ ਆ ਅਤੇ ਅਮਿਤ ਸ਼ਾਹ ਹੁਣਾਂ ਨੇ ਵੀ ਜਿਹੜਾ ਇਹ ਉਹ ਸਾਥ ਛੱਡਤਾ ਅਤੇ ਹੁਣ ਅੱਜ ਵਕੀਲ ਕਰਨ ਦੀ ਯਾਦ ਆ ਗਈ, ਅਤੇ ਮੈਂ ਤਾਂ ਭਰੋਸੇ 'ਤੇ ਖੜ੍ਹਾਂ, ਮੈਂ ਕਿਸੇ ਨਿੱਜੀ ਦੀ ਗੱਲ ਨਹੀਂ ਕਰਦਾ ਨਾ ਮੈਂ ਨਿੱਜੀ ਪਾਰਟੀ ਦੀ ਗੱਲ ਕਰਦਾ, ਮੈਂ ਤਾਂ ਦੇਸ਼ ਦੇ ਕਾਨੂੰਨ ਅਤੇ ਸੰਵਿਧਾਨ ਦੇ ਨਾਲ ਖੜ੍ਹਾਂ, ਜੋ ਉਹਨਾਂ ਨੇ ਫੈਸਲਾ ਕੀਤਾ ਉਹਦੇ ਨਾਲ ਖੜ੍ਹੇ ਹਾਂ, ਅੱਗੇ ਵੀ ਜਿਹੜਾ ਕਾਨੂੰਨ ਫੈਸਲਾ ਕਰੂਗਾ ਉਹਦੇ ਨਾਲ ਖੜਾਂਗੇ। ਇਟ ਮੀਨਸ ਕਿ ਬੀਜੇਪੀ ਨੇ ਵੀ ਕਿਤੇ ਨਾ ਕਿਤੇ ਹੁਣ ਆਤੰਕਵਾਦੀਆਂ ਦਾ ਸਾਥ ਛੱਡਤਾ? ਨਹੀਂ, ਬੀਜੇਪੀ ਦੇਖੋ ਬੀਜੇਪੀ ਪੰਜਾਬ ਦੇ ਵਿੱਚ ਮੈਂ ਇਹ ਗੱਲ ਕਹੀ ਸੀ ਔਨ ਰਿਕਾਰਡ ਤੁਹਾਡੇ ਚੈਨਲਾਂ 'ਤੇ ਕਹੀ ਸੀ ਵੀ ਬੀਜੇਪੀ ਵਾਲੇ RSS ਵਾਲੇ ਕਾਂਗਰਸ ਪਾਰਟੀ ਦੇ ਨਾਲ ਰਲ ਕੇ ਚਾਹੇ ਉਹ BSP ਵਾਲੇ ਸੀ ਚਾਹੇ ਕਾਮਰੇਡ ਸੀ ਉਹਨਾਂ ਦੇ ਲੋਕ ਵੀ ਅਣਗਿਣਤ ਸ਼ਹੀਦ ਹੋਏ, ਉਹਨਾਂ ਦੇ ਵੱਡੇ ਵੱਡੇ ਲੀਡਰ ਸ਼ਹੀਦ ਹੋਏ ਉਸ ਪੰਜਾਬ ਲਈ ਖੂਨ ਡੋਲਿਆ ਵੀ ਉਹ BJP ਵਾਲੇ। ਇਹ ਅਕਾਲੀ ਦਲ ਵਾਲਿਆਂ ਨੂੰ ਵੀ ਮੈਂ ਕਹਿਣਾ ਇਹਨਾਂ ਦੇ ਲੌਂਗੋਵਾਲ ਸਾਹਿਬ ਕਿੱਥੇ ਸੀ? ਉਹਨਾਂ ਨੇ ਜਾਣ ਕਿਵੇਂ ਗਈ ਉਹਨਾਂ ਦੀ? ਅਤੇ ਅਨੇਕਾਂ ਲੀਡਰ ਨੇ ਜਿਨ੍ਹਾਂ ਦੇ ਮੈਂ ਅਕਾਲੀ ਦਲ ਦੇ ਵੀ ਨਾਂ ਗਿਣ ਸਕਦਾ, ਪਰ ਇਹ ਪਤਾ ਨਹੀਂ ਕਿਸ ਰਾਜਨੀਤੀ ਕਿਸ ਤਰ੍ਹਾਂ ਦੀ ਕਰਦੇ ਆ। ਮੈਨੂੰ ਤਾਂ ਅੱਜ ਵੀ ਅਫਸੋਸ ਆ ਇਸ ਗੱਲ 'ਤੇ ਵੀ ਜਿਨ੍ਹਾਂ ਨੇ ਇੰਨੀਆਂ ਸਿਕਿਉਰਿਟੀਆਂ ਲਈਆਂ ਹੋਈਆਂ ਫਿਰ ਉਹ ਕਿਸ ਚੀਜ਼ ਦਾ ਡਰ ਆ ਉਹਨਾਂ ਨੂੰ? ਜਾਂ ਤਾਂ ਭਾਈ ਉਹ ਕਿਤੇ ਨਾ ਕਿਤੇ ਡਰ ਗਏ ਇਹਨਾਂ ਤੋਂ ਵੀ ਅਸੀਂ ਬਾਹਰ, ਮੈਂ ਅੱਗੇ ਕਹਿਣਾ ਵੀ ਇਹ ਆਪਣੇ ਬੱਚਿਆਂ ਨੂੰ ਜਾਂ ਆਪ ਨੂੰ ਕਨੇਡਾ ਅਮੈਰੀਕਾ 'ਚ ਘੁੰਮਣਾ ਜਾਣਾ ਚਾਹੁੰਦੇ, ਇਹਨਾਂ ਦੀਆਂ ਜਾਇਦਾਦਾਂ ਨੇ ਉੱਥੇ, ਅਕਾਲੀ ਦਲ ਵਾਲੇ ਇਸ ਗੱਲੋਂ ਵੀ ਬਾਹਰ ਸਾਡੇ ਵਿਰੋਧ ਕਰਦੇ ਆ ਗੁੱਤਾਂ ਵਾਲੇ 2020 ਵਾਲੇ, ਜਾਂ ਤਾਂ ਉਹ ਤੋਂ ਡਰ ਗਏ? ਦੋ ਗੱਲਾਂ ਹੈ, ਜਾਂ ਫਿਰ ਇਹ ਅਤਵਾਦੀਆਂ ਦੇ ਮਗਰ ਜਿਹੜੀ ਸਪੋਰਟ ਆ ਉਹ ਇਹਨਾਂ ਦੀ ਹਮੇਸ਼ਾ ਰਹੀ ਆ, ਇਹ ਗੱਲ ਤਾਂ ਸਾਫ਼ ਕਰਨੀ ਪਊਗੀ। ਹੈਂਜੀ, ਇਹਨਾਂ ਨੂੰ ਫੰਡਿੰਗ ਹੁੰਦੀ ਹੈ? ਨਹੀਂ, ਫੰਡਿੰਗ ਤਾਂ ਇਹਨਾਂ ਕੋਲ ਕਮੀ ਹੋਣੀ ਗੀ, ਗੁਰਦੁਆਰਿਆਂ ਦੀ ਫੰਡਿੰਗ ਨਹੀਂ ਮੁੱਕਦੀ, ਬਾਹਰੋਂ ਇਹਨਾਂ ਨੇ ਫੰਡਿੰਗ ਕੀ ਕਰਾਉਣੀ ਆ ਗੁਰਦੁਆਰੇ? ਦੱਸ ਦੇਈਏ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕੇਂਦਰ ਸਰਕਾਰ ਵੱਲੋਂ ਸਿੱਖ ਕੈਦੀਆਂ ਦੀ ਰਿਹਾਈ ਦਾ ਐਲਾਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਰਵਨੀਤ ਸਿੰਘ ਬਿੱਟੂ ਵੱਲੋਂ ਇਹ ਮੁੱਦਾ ਸੰਸਦ ਵਿੱਚ ਚੁੱਕਦਿਆਂ ਅਮਿਤ ਸ਼ਾਹ ਨੂੰ ਇਸ ਦੇ ਦੁਬਾਰਾ ਵਿਚਾਰ ਕਰਨ ਦੀ ਗੱਲ ਆਖੀ ਸੀ, ਜਿਸ ਤੋਂ ਬਾਅਦ ਇਸ ਦੇ ਜਵਾਬ ਵਿੱਚ ਅਮਿਤ ਸ਼ਾਹ ਨੇ ਕਿਹਾ ਸੀ ਕਿ ਰਾਜੋਆਣਾ ਦੀ ਸਜ਼ਾ ਮਾਫ਼ ਨਹੀਂ ਕੀਤੀ ਗਈ ਹੈ, ਅਤੇ ਇਸ ਗੱਲ ਤੋਂ ਬਾਅਦ ਚਾਰੇ ਪਾਸੇ ਹੜਕੰਪ ਵੀ ਮਚ ਗਿਆ ਸੀ।
ਲੁਧਿਆਣਾ ਤੋਂ ਅਨੁਪਮ ਮਹਿੰਦਰੂ ਦੀ ਰਿਪੋਰਟ, ਚੈਨਲ ਪੰਜਾਬ। ਹਰ ਲੇਟੈਸਟ ਖਬਰ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਚੈਨਲ ਪੰਜਾਬ ਨੂੰ ਕਰੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਲਈ ਦਬਾਓ ਬੈਲ ਦਾ ਬਟਨ।